संगरूर दे पिंड लहल खुरदवांग मुक्सर दे पिंड खुंडे हलाल च भी सरकारी स्कूल दे बच्चे गुरुद्वारे च पढ़न नूं मजबूर ने। हालांकि इत्थे समस्या वखरी है, दरअसल भारी मीह कारण सरकारी स्कूल पानी दे विच डुब चुके हैं, जिस कारण विद्यार्थियों नूं पिंड दे गुरुद्वारे दे विच क्लासां लाउणियां पै रहियां। स्कूल च 209 विद्यार्थी पढ़ते ने, 6वीं तो 10वीं तक दे विद्यार्थियों दी इत्थे पढ़ाई हुंदी है, पर पिछले करीब 15 दिनों तो पानी भरन कारण स्कूल दे विच क्लासां नहीं लग रही। अध्यापकों ने इल्जाम लगाया कि वार बार कहने के बावजूद प्रशासन वालों कोई ध्यान नहीं दिता जा रहा। ਸਾਨੂੰ ਇੱਥੇ 10ਵੀਂ ਦਿਨ ਹੋ ਗਿਆ ਕਲਾਸਾਂ ਲਾਉਂਦੇ ਹੋਏ, ਅਤੇ ਸਾਡੇ ਸਕੂਲ 'ਚ ਜਿਹੜਾ ਪਾਣੀ ਭਰ ਗਿਆ ਸੀਗਾ ਬਹੁਤ, ਜਿਸ ਕਰਕੇ ਸਾਡਾ ਸਕੂਲ ਡੁੱਬ ਗਿਆ ਸੀਗਾ। ਅਸੀਂ ਸਰਕਾਰ ਤੋਂ ਇਹ ਮੰਗ ਕਰਨਾ ਚਾਹੁੰਦੇ ਹਾਂ ਵੀ ਸਾਡੇ ਸਕੂਲ ਤੋਂ ਛੇਤੀ ਛੇਤੀ ਪਾਣੀ ਕਢਵਾਇਆ ਜਾਵੇ, ਅਤੇ ਅਸੀਂ ਉੱਥੇ ਜਾ ਕੇ ਆਪਦੀ ਅੱਗੇ ਦੀ ਪੜ੍ਹਾਈ ਹੋਰ ਪੂਰੀ ਕਰ ਸਕੀਏ। ਬਹੁਤ ਦਿਨਾਂ ਤੋਂ ਬਾਰਿਸ਼ ਪੈਂਦੀ ਆ ਰਹੀ ਹੈ, ਇਸ ਕਰਕੇ ਸਾਡੇ ਸਕੂਲ ਵਿੱਚ ਪਾਣੀ ਬਹੁਤ ਖੜ੍ਹ ਗਿਆ ਹੈ, ਅਤੇ ਸਾਡਾ ਸਕੂਲ ਡੁੱਬ ਗਿਆ ਹੈ, ਜਿਸ ਕਰਕੇ ਅਸੀਂ ਇੱਥੇ ਗੁਰਦੁਆਰੇ ਵਿੱਚ, ਸਾਡੇ ਪਿੰਡ ਦੇ ਗੁਰਦੁਆਰੇ 'ਚ ਸਕੂਲ ਸਾਡਾ ਲੱਗ ਰਿਹਾ। ਅਸੀਂ ਲਗਭਗ ਪਿਛਲੇ 15 ਦਿਨਾਂ ਤੋਂ ਸਕੂਲ ਦੇ ਵਿੱਚ ਪਾਣੀ ਭਰ ਜਾਣ ਕਰਕੇ, ਖਾਸ ਕਰਕੇ ਜਿਹੜਾ ਮੇਨ ਰਸਤਾ ਉਹਦੇ 'ਤੇ ਲਗਭਗ 1.5-1.5 ਫੁੱਟ ਪਾਣੀ ਜਿਹੜਾ ਹੈਗਾ, ਮੀਆਂ ਦਾ ਪਾਣੀ ਤਾਂ ਹੈਗਾ ਹੀ ਹੈਗਾ, ਪਰ ਪਿਛਲੇ ਪਿੰਡਾਂ ਦੇ ਵਿੱਚੋਂ ਪਾਣੀ ਲਗਾਤਾਰ ਆ ਰਿਹਾ, ਔਰ ਸਕੂਲ ਦੇ ਆਸੇ ਪਾਸੇ ਖੇਤਾਂ ਦੇ ਵਿਚਾਲੇ ਸਾਡਾ ਸਕੂਲ ਹੈ, ਔਰ ਖੇਤਾਂ ਦੇ ਵਿੱਚੋਂ ਕੰਧਾਂ ਵਿੱਚ ਦੀ ਰਿਸ ਕੇ ਪਾਣੀ ਸਕੂਲ ਦੇ ਅੰਦਰ ਆਇਆ ਹੋਇਆ, ਔਰ ਲਗਭਗ ਫੁੱਟ 1.5-1.5 ਫੁੱਟ ਇੱਕ ਸਾਡੀ ਜਗ੍ਹਾ ਜਿਹੜੀ ਨੀਵੀਂ ਆ ਪਾਰਕ ਹੈ ਉਹਦੇ 'ਤੇ ਲਗਭਗ 2.5 ਫੁੱਟ ਪਾਣੀ ਹੈਗਾ। ਐਂਟਰੈਂਸ ਸਕੂਲ ਦੀ ਬਿਲਕੁਲ ਬੰਦ ਹੈ, 100 ਫੁੱਟ ਦੂਰੀ ਤੱਕ ਜਿਹੜਾ ਹੈਗਾ ਪਾਣੀ ਖੜ੍ਹਾ ਹੈਗਾ। ਬੱਚੇ ਅੰਦਰ ਨਹੀਂ ਜਾ ਸਕਦੇ, ਇਸ ਲਈ ਸਾਨੂੰ ਜਿਹੜਾ ਸਕੂਲ ਪਿਛਲੇ 15 ਦਿਨਾਂ ਤੋਂ ਲਗਭਗ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਲਾ ਰਹੇ ਹਾਂ। ਮੁਸ਼ਕਲ ਇੱਥੇ ਸਮੱਸਿਆ ਇਹ ਹੈ ਵੀ ਕਲਾਸਾਂ ਅਸੀਂ ਲਗਾ ਤਾਂ ਰਹੇ ਹਾਂ, ਪਰ ਕਲਾਸਾਂ ਦੇ ਵਿੱਚ ਕੋਈ ਵੰਡ ਨਾ ਹੋਣ ਕਰਕੇ, ਇਕੱਠੇ ਬੈਠੇ ਹੋਣ ਕਰਕੇ ਡਿਸਟਰਬੈਂਸ ਬਹੁਤ ਹੈਗੀ ਹੈ।